ਬੀਤੇ ਦਿਨੀ ਇੱਕ ਸਤਿਕਾਰਯੋਗ ਸ਼ਖਸੀਅਤ ਸਰਦਾਰਨੀ ਬਸੰਤ ਕੌਰ ਕਲਸੀ ਜੀ, ਧਰਮ ਪਤਨੀ ਸਵਰਗੇ ਸਰਦਾਰ ਅਜਮੇਰ ਸਿੰਘ ਕਲਸੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਰੱਖੇ ਗਏ ਪਾਠ ਦੇ ਭੋਗ ਬਾਬਾ ਵਿਸ਼ਵਕਰਮਾ ਧਰਮਸ਼ਾਲਾ ਮੋਗਾ ਕੋਟਕਪੂਰਾ ਵਿਖੇ ਪਾਏ ਗਏ। ਸਰਦਾਰਨੀ ਮਾਤਾ ਬਸੰਤ ਕੌਰ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਸਪੁੱਤਰ ਬਲਵੰਤ ਸਿੰਘ ਕੈਨੇਡਾ, ਹਰਪਾਲ ਸਿੰਘ ਕਲਸੀ, ਜਗਦੇਵ ਸਿੰਘ, ਹਰਮੰਦਰ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ ਕੈਨੇਡਾ ਅਤੇ ਸਮੂਹ ਕਲਸੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਸਿਆਸੀ
ਸਿਆਸੀ ਗੈਰ ਸਿਆਸੀ ਨੇੜਲੇ ਪਿੰਡਾਂ ਦੇ ਪੰਚ ਸਰਪੰਚ ਜਾਂ ਸੰਸਥਾਵਾਂ ਜਥੇਬੰਦੀਆਂ ਨਾਲ ਜੁੜੀਆਂ ਹੋਈਆਂ ਉਹਦੀਆਂ ਸ਼ਖਸੀਅਤਾਂ ਇੱਕ ਇੱਕ ਦਾ ਨਾਮ ਲੈਣਾ ਬੜਾ ਮੁਸ਼ਕਲ ਜਾਪਦਾ ਹੈ। ਸੋ ਕਲਸੀ ਪਰਿਵਾਰ ਵੱਲੋਂ ਸਾਰੀਆਂ ਦੂਰੋਂ ਨੇੜੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਅਤੇ ਬੇਨਤੀ ਹੈ ਕਿ ਜਿੰਨਾ ਵੀਰਾਂ ਭੈਣਾਂ ਬੱਚੇ ਬਜ਼ੁਰਗਾਂ ਨੇ ਗੁਰੂ ਦਾ ਲੰਗਰ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਜਿੰਨਾ ਵੀਰਾਂ ਭੈਣਾਂ ਬੱਚੇ ਬਜ਼ੁਰਗਾਂ ਨੇ ਗੁਰੂ ਦਾ ਲੰਗਰ ਨਹੀਂ ਛਕਿਆ ਉਹ ਜ਼ਰੂਰ ਛਕ ਕੇ ਜਾਣ। ਸੇਵਾਦਾਰਾਂ ਨੂੰ ਬੇਨਤੀ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣੀ ਆਰੰਭ ਕਰਨ। ਇੱਕ ਵਾਰੀ ਫਿਰ ਕਲਸੀ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਬੇਨਤੀ ਕਿ ਗੁਰੂ ਦਾ ਲੰਗਰ ਛੱਕ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।